प्यारे दर्शकों प्यार भरी सत श्री अकाल ते तुहानू सारयां नू स्वागत है जी पंजाबी पॉलीवुड दे प्रोग्राम द गलबात शो दे विच। मैं हाँ जिहदा मेज़बान नरजीत सिंह। दोस्तों अज मैं बहुत एक्साइटेड हाँ शो नू लैके, क्योंकि साडे नाल जुड़ चुके ने जी वो डायरैक्टर जिहड़े उम्र वजों बड़े यंग ने पर उन्होंने फिल्म्स बहुत मैच्योर ने। आओ इन्हां गलबात दा सिलसिला शुरू करिए। यह लैके आ रहे हैं जी 4 मई नू दाणा पाणी, जिहदा तुसीं ट्रेलर भी माणिया ते गाने भी तुसीं सारे पसंद कर रहे हो। ਭਾਅ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ। ਥੈਂਕ ਯੂ ਜੀ ਵੀਰ, ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ, ਪੰਜਾਬੀ ਬਾਲੀਵੁੱਡ ਵੇਖਣ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਭਾਅ ਜੀ, ਅਸੀਂ ਗੱਲ ਇੱਥੇ ਸ਼ੁਰੂ ਕਰਦੇ ਹਾਂ ਕਿ ਦਾਣਾ ਪਾਣੀ ਜਿਹੜਾ ਟ੍ਰੇਲਰ ਆ ਉਹ ਬਹੁਤ ਹਿੱਟ ਗਿਆ, ਪਰ ਜਿਹੜਾ ਟਾਈਟਲ ਆ ਉਸ ਤੋਂ ਵੀ ਜ਼ਿਆਦਾ ਹਿੱਟ ਜਾ ਰਿਹਾ, ਕਿਉਂਕਿ ਟਾਈਟਲ ਦੇ ਵਿੱਚ ਫਿਲੋਸਫੀ ਬਹੁਤ ਆ। ਇਹ ਟਾਈਟਲ ਦੇ ਪਿੱਛੇ ਕੀ ਰੀਜ਼ਨ ਆ, ਕੋਈ ਸਟੋਰੀ ਹੈ ਜੀ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ? ਦਾਣਾ ਪਾਣੀ ਵੀਰ, ਟਾਈਟਲ ਆਪਾਂ ਅਕਸਰ ਜੋ ਡੇਲੀ ਆਪਦੀ ਲਾਈਫ ਦੇ ਵਿੱਚ ਡੇਲੀ ਰੋਜ਼ ਇਹ ਗੱਲ ਹਜ਼ਾਰ ਵਾਰ ਆਪਾਂ ਕਰਦੇ ਆਵਾਂਗੇ ਕਿ ਹਾਂ ਵੀ ਯਾਰ ਇਸ ਬੰਦੇ 'ਤੇ ਇੰਨਾ ਕਿ ਦਾਣਾ ਪਾਣੀ ਸੀ ਜਾਂ ਮੇਰਾ ਦਾਣਾ ਪਾਣੀ ਇੱਥੇ ਲਿਖਿਆ ਹੋਇਆ ਸੀ। ਮਤਲਬ ਇਹ ਸ਼ਬਦ ਇੱਕ ਤਾਂ ਨੋਰਮਲ ਜ਼ਿੰਦਗੀ ਨੂੰ ਰਿਲੇਟ ਕਰਦਾ, ਜਿਵੇਂ ਕਿ ਜਿੱਥੋਂ ਇਹ ਨਿਕਲਿਆ, ਉਦੋਂ ਬਾਅਦ ਇਹਦੇ ਪਿੱਛੇ ਜੋ ਰੀਜ਼ਨਸ ਨੇ, ਜੋ ਸਟੋਰੀ ਆ, ਜੋ ਸਾਰੀ ਚੀਜ਼ ਵਿੱਚ ਦਿਖਾਈ ਜਾ ਰਹੀ ਆ, ਉਹ ਵੀ ਇਹੀ ਆ ਕਿ ਦਾਣਾ ਪਾਣੀ ਤੁਹਾਡਾ ਅੰਜਲ ਤਾਂ ਹੈਗਾ ਹੀ ਹੈਗਾ, ਅੰਜਲ ਦੇ ਨਾਲ ਨਾਲ ਤੁਹਾਡੀ ਡੈਸਟਨੀ, ਤੁਹਾਡੀ ਕੁਦਰਤ, ਜਦ ਤੁਹਾਡੀ ਕੁਦਰਤ ਤੁਹਾਡੀਆਂ ਚੀਜ਼ਾਂ ਨੂੰ ਬਣਾਉਂਦੀ ਆ, ਉਹ ਕਿਵੇਂ ਬਣਾਉਂਦੀ ਆ ਅਤੇ ਕਿਵੇਂ ਤੁਹਾਨੂੰ ਇੱਕ ਰਸਤੇ ਤੋਂ ਉਹਨਾਂ ਰਸਤਿਆਂ 'ਤੇ ਲੈ ਚੱਲਦੀ ਆ ਜਿੱਥੇ ਬਹੁਤ ਖੁਸ਼ੀਆਂ ਨੇ। ਦੈਟਸ ਕਾਲਡ ਆ ਦਾਣਾ ਪਾਣੀ, ਉਹ ਖੁਸ਼ੀਆਂ ਦਾ, ਵਿਹੜਿਆਂ ਦਾ ਉਹ ਰੰਗ, ਦੈਟਸ ਆ ਦਾਣਾ ਪਾਣੀ। ਕਿਆ ਬਾਤ ਭਾਈ, ਬਹੁਤ ਸੋਹਣਾ ਤੁਸੀਂ ਸਮੇਟਿਆ ਦਾਣਾ ਪਾਣੀ ਟਾਈਟਲ ਨੂੰ। ਖੈਰ ਭਾਅ ਜੀ, ਅਸੀਂ ਗੱਲ ਕਰਦੇ ਹਾਂ ਹੁਣ ਕਿ ਦਾਣਾ ਪਾਣੀ ਬਣਾਉਣ ਪਿੱਛੇ ਰੀਜ਼ਨ, ਕਿਉਂਕਿ ਹਰ ਫਿਲਮ ਜਿਹੜੀ ਆ ਡਾਇਰੈਕਟਰ ਲਈ ਬਹੁਤ ਜ਼ਿਆਦਾ ਸਪੈਸ਼ਲ ਹੁੰਦੀ ਹੈ, ਕਿਉਂਕਿ ਡਾਇਰੈਕਟਰਸ ਐਕਟਰਸ ਇੰਨੀਆਂ ਫਿਲਮਾਂ ਨਹੀਂ ਕਰ ਪਾਉਂਦਾ। ਸੋ ਜਦੋਂ ਵੀ ਉਹ ਫਿਲਮ ਦਾ ਕਨਸੈਪਟ ਚੂਜ਼ ਕਰਦਾ, ਬਹੁਤ ਸੋਚ ਸਮਝ ਕੇ ਕਰਦਾ। ਤੁਹਾਡੇ ਲਈ ਦਾਣਾ ਪਾਣੀ ਬਣਾਉਣ ਦਾ ਇੱਕ ਰੀਜ਼ਨ ਜੇ ਮੈਂ ਪੁੱਛਾਂ ਤਾਂ ਉਹ ਕੀ ਸੀ? ਵੀਰ, ਇਹ ਤੋਂ ਪਹਿਲਾਂ ਤੁਸੀਂ ਸ਼ਾਇਦ ਮੇਰੀ ਪਹਿਲੀ ਫਿਲਮ ਜਿਹੜੀ ਸੀ ਰੱਬ ਦਾ ਰੇਡੀਓ ਦੇਖੀ ਹੋਊਗੀ, ਉਹਨੂੰ ਇੰਨਾ ਪਿਆਰ ਦਿੱਤਾ ਸਾਰਿਆਂ ਨੇ, ਅਤੇ ਉਸ ਪਿਆਰ ਤੋਂ ਬਾਅਦ ਹੀ ਮੈਂ ਇਹ ਸੋਚਿਆ ਕਿ ਹੁਣ ਮੈਂ ਅੱਗੇ ਤੋਂ ਜੇ ਕੋਈ ਸਿਨੇਮਾ ਹੁਣ ਮੈਂ ਜਿਹੜਾ ਬਣਾਉਣ ਜਾ ਰਿਹਾ, ਅਤੇ ਉਹ ਉਸੇ ਰੰਗ ਦਾ ਸਿਨੇਮਾ ਹੋਵੇ ਜਿਹਨੂੰ ਪੂਰਾ ਪੰਜਾਬ, ਪੂਰੇ ਆਪਣੇ ਪਰਿਵਾਰ, ਤੁਸੀਂ, ਮੈਂ ਆਪਦੀ ਫੈਮਿਲੀ ਨਾਲ ਬੈਠ ਕੇ ਆਪਾਂ ਪੂਰਾ ਠੋਕ ਕੇ ਸੀਨ ਆਪਾਂ ਫਿਲਮ ਦੇਖ ਸਕੀਏ ਅਤੇ ਕੁਛ ਉਹਦੇ 'ਚੋਂ ਮਾਣ ਸਕੀਏ। ਮਤਲਬ 2 ਘੰਟੇ ਫਿਲਮ ਦੇਖਣੀ, ਇਟਸ ਨੋਟ ਜਸਟ ਅ ਐਂਟਰਟੇਨਮੈਂਟ, ਉਹਦੇ ਵਿੱਚੋਂ ਕੁਛ ਤੁਸੀਂ ਲੈ ਕੇ ਵੀ ਜਾਓ, ਅਤੇ ਜੇ ਉਹ ਸਾਰੀਆਂ ਚੀਜ਼ਾਂ ਕਰਨੀਆਂ ਸੀ, ਉਹ ਕਰਨੀਆਂ ਆ, ਅਤੇ ਉਹਦੇ ਲਈ ਫਿਰ ਇਹੋ ਜਿਹਾ ਕੋਨਸੈਪਟ ਹੋਣੇ ਜ਼ਰੂਰੀ ਸੀ, ਅਤੇ ਉਹਨਾਂ ਵਿੱਚੋਂ ਹੀ ਇੱਕ ਆ ਦਾਣਾ ਪਾਣੀ 'ਤੇ। ਜਦ ਇਹ ਮੈਨੂੰ ਚੀਜ਼ ਮਿਲੀ ਤਾਂ ਮੈਂ ਡੈਫੀਨੇਟਲੀ ਇਹਨੂੰ ਕਰਨਾ ਸੀ। ਤੁਸੀਂ ਜਿੰਨੇ ਵੀ ਕਲਾਕਾਰਾਂ ਨਾਲ ਕੰਮ ਕੀਤਾ, ਬਹੁਤ ਸੀਨੀਅਰ ਕਲਾਕਾਰ ਨੇ, ਭਾਵੇਂ ਜਿੰਮੀ ਭਾਜੀ ਹੋਣ, ਭਾਵੇਂ ਗੁਰਪ੍ਰੀਤ ਘੁੱਗੀ ਹੋਣ, ਜਾਂ ਬਹੁਤ ਸਾਰੇ ਕਲਾਕਾਰ ਜਿਹੜੇ ਫਿਲਮ ਦੇ ਵਿੱਚ, ਉਹਨਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਤੁਹਾਡਾ ਕਿਵੇਂ ਦਾ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ। ਜਿੰਮੀ ਭਾਜੀ ਤਾਂ ਵਨ ਆਫ ਦਾ ਬੈਸਟ ਐਕਟਰ ਨੇ, ਆਪਾਂ ਨੂੰ ਸਭ ਨੂੰ ਪਤਾ ਹੀ ਆ, ਅਤੇ ਉਹਨਾਂ ਨਾਲ ਕੰਮ ਕਰਨਾ ਤਾਂ ਬਹੁਤ ਮਾਣ ਦੀ ਗੱਲ ਆ ਜੀ। ਇਹੋ ਜਿਹੇ ਚੰਗੇ ਇਨਸਾਨਾਂ ਨਾਲ ਕੰਮ ਕਰਨਾ ਤਾਂ ਪਰਮਾਤਮਾ ਸਭ ਨੂੰ ਮੌਕਾ ਦੇਵੇ, ਅਤੇ ਬਹੁਤ ਚੰਗਾ ਲੱਗਦਾ ਜੀ। ਅੱਛਾ ਜੀ ਭਾਅ ਜੀ, ਵੈਸੇ ਘੁੱਗੀ ਭਾਅ ਜੀ ਨੇ ਕੰਪਲੀਮੈਂਟ ਦਿੱਤਾ ਸੀਗਾ ਕਿ ਇਹ ਫਿਲਮ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਅਸੀਂ ਕੋਈ ਨੋਵਲ ਪੜ੍ਹਦੇ ਹਾਂ, ਜਿਵੇਂ ਅਸੀਂ ਨੋਵਲ ਤੋਂ ਕੋਈ ਚੀਜ਼ਾਂ ਗ੍ਰਹਿਣ ਕਰਦੇ ਹੋ ਤਾਂ ਅਸੀਂ ਫਿਲਮ ਤੋਂ ਵੀ ਕਰਾਂਗੇ। ਇਹ ਬੜੀ ਵੱਡੀ ਕੰਪਲੀਮੈਂਟ ਹੈ ਜੀ। ਸਾਨੂੰ ਇਹ ਦੱਸੋ ਕਿ ਇਹਦੇ ਵਿੱਚ ਛੋਟੇ ਛੋਟੇ ਕਰੈਕਟਰਸ ਨੇ ਵੀ ਬਹੁਤ ਰੋਲ ਪਲੇਅ ਕੀਤਾ, ਪਲੱਸ ਉਹ ਪਿੰਡ ਦਾ ਪੁਰਾਣਾ ਜ਼ਮਾਨਾ ਤੁਸੀਂ ਸਾਰਾ ਸ਼ੋਅ ਕੀਤਾ। ਇਹਦੇ ਪਿੱਛੇ ਉਸ ਖਾਸ ਵਜ੍ਹਾ ਕਿ ਤੁਸੀਂ ਹਮੇਸ਼ਾ ਸਮੇਂ ਤੋਂ ਥੋੜ੍ਹਾ ਜਿਹਾ ਪਿੱਛਾ ਜਾ ਕੇ ਗੱਲ ਕਰਦੇ ਹੋ ਰਿਸ਼ਤਿਆਂ ਦੀ ਜਾਂ ਫਿਲਮਾਂ ਦੀ ਜਾਂ ਕਹਾਣੀਆਂ ਦੀ? ਬੇਸਿਕਲੀ ਉਹ ਇੱਕ ਸੱਚ ਆ, ਉਹ ਇੱਕ ਸੱਚਾਈ ਆ, ਜੋ ਆਪਾਂ ਆਪਣੇ ਪਰਿਵਾਰਾਂ 'ਚ, ਜੋ ਆਪਾਂ ਐਕਚੁਅਲੀ 'ਚ ਦੇਖਿਆ ਆ, ਜੋ ਅਸਲ ਦੇ ਵਿੱਚ ਹੈਗਾ ਆ, ਉਹਨਾਂ ਚੀਜ਼ਾਂ ਨੂੰ ਦਿਖਾਉਣ ਦੇ ਲਈ ਸਾਨੂੰ ਫਿਰ ਉਹ ਚੀਜ਼ਾਂ ਵੱਲ ਨੂੰ ਵਧਣਾ ਪੈਂਦਾ। ਕਰਕੇ ਜਿਹੜੇ ਰਿਸ਼ਤੇ ਨਾਤੇ ਨੇ ਅੱਜ ਦੇ ਟਾਈਮ ਦੇ ਵਿੱਚ, ਜ਼ਰੂਰੀ ਨਹੀਂ ਕਿ ਉਹ ਸਭ ਕੁਛ ਬਦਲ ਗਿਆ, ਉਹ ਸਾਰਾ ਕੁਛ ਹੁਣ ਵੀ ਉਵੇਂ ਹੀ ਆ, ਬਸ ਉਹਦਾ ਇੱਕ ਅੰਦਾਜ਼ ਅੱਡ ਆ। ਤੁਹਾਡੇ ਮਨ 'ਚ ਅੱਜ ਵੀ ਆਪਦੇ ਪਰਿਵਾਰ ਲਈ ਸ਼ਾਇਦ ਉੰਨਾ ਹੀ ਪਿਆਰ ਹੋਵੇ ਜਿੰਨਾ ਉਦੋਂ ਸੀਗਾ, ਹੈ ਨਾ? ਮਤਲਬ ਉਹ ਕੋਈ ਇਹੋ ਜਿਹੀ ਗੱਲ ਨਹੀਂ ਕਿ ਸਾਨੂੰ ਉਹ 1962 ਦੇ ਵਿੱਚ ਵੀ ਵੱਧ ਪਿਆਰ ਸੀਗਾ, ਹੈ ਨਾ, ਰਿਸ਼ਤਿਆਂ 'ਚ ਵੱਧ ਪਿਆਰ ਸੀ, ਐਂ ਨਹੀਂ, ਪਿਆਰ ਅੱਜ ਵੀ ਹੋਵੇ ਹੀ ਆ, ਸਾਰਾ ਕੁਛ ਹੋਵੇ ਹੀ ਆ, ਜਸਟ ਇੱਕ ਮਾਡਰਨਾਈਜੇਸ਼ਨ ਥੋੜ੍ਹੀ ਜਿਹੀ ਆ ਗਈ, ਉਹਦੇ ਕਰਕੇ ਥੋੜ੍ਹਾ ਜਿਹਾ ਉਹ ਅੰਦਾਜ਼ ਅੱਡ ਹੋ ਗਿਆ। ਸੋ ਪਿੱਛੇ ਜਾਣਾ, ਅੱਗੇ ਜਾਣਾ, ਉਹ ਕੋਈ ਐਡਾ ਮਤਲਬ ਵੱਡਾ ਸਵਾਲ ਨਹੀਂ ਸੀਗਾ, ਪਰ ਉਸ ਖੂਬਸੂਰਤੀ ਨੂੰ ਬਿਆਨ ਕਰਨਾ, ਉਹਦੇ ਲਈ ਸਾਨੂੰ ਉਹ ਚੀਜ਼ਾਂ ਚੂਜ਼ ਕਰਨੀਆਂ ਬਹੁਤ ਜ਼ਰੂਰੀ ਸੀਗੀਆਂ। ਇਸ ਕਰਕੇ ਅਸੀਂ ਉਹ ਦਰਸ਼ਕ ਚੂਜ਼ ਕੀਤਾ, ਕਰਕੇ ਸਟੋਰੀ ਦੇ ਅਕੋਰਡਿੰਗ ਜੋ ਇੱਕ ਸਮਾਂ ਬੰਨਣਾ ਸੀਗਾ, ਉਸ ਸਮੇਂ ਦੇ ਅਕੋਰਡਿੰਗ ਉਹ ਇੱਕ ਸਮਾਂ ਸਾਨੂੰ ਜ਼ਰੂਰੀ ਸੀ, ਇੱਕ ਨਿਰਧਾਰਤ ਕਰਨਾ, ਅਤੇ ਇਸ ਕਰਕੇ ਅਸੀਂ ਫਿਰ ਉਹ 1962 ਐਂਡ 1948 ਉਹ ਰੱਖਿਆ, ਦੈਨ 2017 'ਚ ਵੀ ਫਿਲਮ ਆਉਂਦੀ ਆ, ਦੇਖ ਕੇ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋਣੀਆਂ। ਭਾਅ ਜੀ, ਮੈਂ ਜਸ ਗਰੇਵਾਲ ਭਾਅ ਜੀ ਨਾਲ ਗੱਲ ਕੀਤੀ ਸੀਗੀ, ਤਾਂ ਉਹਨਾਂ ਨੇ ਬੜਾ ਸਰਾਇਆ ਸੀਗਾ ਤੁਹਾਡੇ ਕੰਮ ਨੂੰ। ਉਹਨਾਂ ਨੇ ਕਿਹਾ ਸੀਗਾ ਕਿ ਜੇ ਮੇਰੀ ਫਿਲਮਾਂ ਕੋਈ ਡਿਜ਼ਾਈਨ ਕਰਦਾ ਤਾਂ ਤਰਨਵੀਰ ਮੇਰੀ ਗੱਲ ਨੂੰ ਇੱਦਾਂ ਸਮਝਦਾ ਕਿ ਜਿਵੇਂ ਮੈਂ ਕਵਾਂ ਨਾ ਵੀ ਤਾਂ ਵੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕੀ ਚਾਹੁੰਦਾ। ਸੋ ਤੁਹਾਡੇ ਅਕੋਰਡਿੰਗ ਜਸ ਗਰੇਵਾਲ ਵੀਰ ਇਹਨਾਂ ਤੁਹਾਡੀ ਕਿੱਦਾਂ ਦੀ ਕੈਮਿਸਟਰੀ ਆ? ਫਿਰ ਕੋਈ ਇੱਕ ਹੀ ਸ਼ਬਦ ਕਹਿਣਾ ਚਾਹੂੰਗਾ ਯਾਰ, ਮੇਰੇ ਸਫ਼ਰ ਤੱਕ ਬਹੁਤ ਵੱਡਾ ਯੋਗਦਾਨ ਆ ਜਸ ਬਾਈ ਦਾ, ਅਤੇ ਸਾਡਾ ਸਫ਼ਰ ਬਹੁਤ
ਸਮੇਂ ਤੋਂ ਇਕੱਠਿਆਂ ਦਾ ਸ਼ੁਰੂ ਹੋਇਆ, 5-7 ਸਾਲਾਂ ਤੋਂ ਅਸੀਂ ਇਕੱਠੇ ਹੀ ਹਾਂ, ਜਦ ਉਹ ਇੰਡਸਟਰੀ 'ਚ ਆਏ ਸੀਗੇ, ਜਦ ਮੈਂ ਇਸ ਇੰਡਸਟਰੀ 'ਚ ਨਵਾਂ ਨਵਾਂ ਸੀਗਾ, ਅਤੇ ਸੋ ਉਦੋਂ ਦੇ ਅਸੀਂ ਇਕੱਠੇ ਹਾਂ, ਸੋ ਸਾਨੂੰ ਉਹ ਗੱਲਾਂ ਤਾਂ ਮਤਲਬ ਜੇ ਉਹ ਅੱਖ ਦੇ ਵਿੱਚ ਉਹਨਾਂ ਦੇ ਕੀ ਆ ਅਤੇ ਉਹ ਕੀ ਕਹਿਣਾ ਚਾਹੁੰਦੇ ਉਹ ਮੈਂ ਸਮਝਦਾ, ਜੋ ਮੈਂ ਕਰ ਰਿਹਾ ਅਤੇ ਮੇਰੇ ਬਿਨਾਂ ਦੱਸੇ ਉਹ ਸਮਝ ਲੈਂਦੇ ਵੀ ਹੁਣ ਇਸ ਤਰ੍ਹਾਂ ਨੂੰ ਇਸ ਚੀਜ਼ ਦੀ ਜ਼ਰੂਰਤ ਆ, ਵੀ ਮੈਂ ਇੱਦਾਂ ਦੀ ਕੋਈ ਚੀਜ਼ ਹੁਣ ਆਹ ਚਾਹੀਦਾ ਹੈ, ਅਤੇ ਉਹ ਕਮਿਸਟਰੀ ਆ ਉਹ ਪਰਮਾਤਮਾ ਵੱਲੋਂ ਚੀਜ਼ਾਂ ਡਿਜ਼ਾਇਨ ਹੁੰਦੀਆਂ ਨੇ, ਇਹਨਾਂ ਵਿੱਚ ਕੋਈ ਇਹੋ ਜਿਹੀ ਗੱਲਬਾਤ ਨਹੀਂ, ਬਹੁਤ ਸੋਹਣਾ ਰਿਸ਼ਤਾ ਜੀ, ਬਹੁਤ ਪਰਮਾਤਮਾ ਹੀ ਬਣਾਈ ਰੱਖੇ ਸਾਰਾ ਕੁਛ। ਪਰ ਵੈਸੇ ਬਾਡੀ ਆਫ ਵਰਕ ਦੇ ਹਿਸਾਬ ਨਾਲ ਜ਼ਿਆਦਾ ਨੰਬਰਸ ਦੇ ਵਿੱਚ ਅਸੀਂ ਜਾਈਏ ਤਾਂ ਇੰਨਾ ਕੰਮ ਨਹੀਂ ਹੈ, ਪਰ ਜੇ ਅਸੀਂ ਦੇਖੀਏ ਸਕਸੈਸ ਦੇ ਤੌਰ 'ਤੇ ਕਿ ਤੁਸੀਂ ਹੁਣ ਬੜੀ ਜਲਦੀ ਹੀ ਸਕਸੈਸ ਤੁਹਾਨੂੰ ਮਿਲੀ ਹੈ, ਹੈ ਨਾ, ਤੁਸੀਂ ਕਿੱਦਾਂ ਪ੍ਰਾਊਡ ਫੀਲ ਕਰਦੇ ਹੋ ਕਿ ਜ਼ਿੰਦਗੀ 'ਚ ਮੈਂ ਜੋ ਚਾਹੁੰਦਾ ਸੀਗਾ ਉਹ ਸਹੀ ਵਕਤ 'ਤੇ ਹੋ ਗਿਆ? ਹਜੇ ਤਾਂ ਸਫ਼ਰ ਬਹੁਤ ਲੰਬਾ ਹੈ ਜੀ, ਹਜੇ ਜੋ ਚਾਹੁੰਦਾ ਆ ਉਹ ਤਾਂ ਹਜੇ ਮੰਜ਼ਿਲ ਹੋਰ ਦੂਰ ਆ ਬਹੁਤ, ਅਤੇ ਉਹਦੇ ਪਿੱਛੇ ਤਾਂ ਪਤਾ ਨਹੀਂ ਹਜੇ ਕਿੰਨਾ ਕੁ ਸਮਾਂ ਲੱਗਣਾ, ਪਰ ਹਾਂ ਜਦੋਂ ਤੁਹਾਨੂੰ ਪਿਆਰ ਮਿਲਦਾ ਕਿਸੇ ਚੀਜ਼ ਲਈ, ਜਦ ਤੁਸੀਂ ਕੋਈ ਕੰਮ ਕਰਦੇ ਆ ਉਹਦੇ ਲਈ ਤੁਹਾਨੂੰ ਫਲ ਮਿਲਦਾ, ਤੁਹਾਨੂੰ ਖੁਸ਼ੀ ਹੁੰਦੀ ਆ, ਤੁਹਾਨੂੰ ਇੱਕ ਅੰਦਰੋਂ ਖੁਸ਼ੀ ਹੁੰਦੀ ਆ ਅੱਗੇ ਹੋਰ ਕੰਮ ਕਰਨ ਦੇ ਲਈ, ਸੋ ਬਸ ਦੈਟਸ ਇਟ ਯਾਰ। ਸੋ ਥੈਂਕ ਯੂ ਭਾਅ ਜੀ ਸਾਡੇ ਨਾਲ ਗੱਲ ਕਰਨ ਲਈ, ਸਾਡੇ ਲਈ ਸਮਾਂ ਕੱਢਣ ਲਈ। ਸੋ ਦੋਸਤੋ ਇਹ ਸੀ ਅੱਜ ਦਾ ਗੱਲਬਾਤ ਸ਼ੋਅ, ਆਸ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ, ਤੁਸੀਂ ਆਪਣੀ ਫੀਡਬੈਕ ਜ਼ਰੂਰ ਦਿਓ, ਸਾਡੀ ਮੇਲ ਵੀ ਕਰ ਸਕਦੇ ਹੋ ਤੁਸੀਂ info@punjabipollywood.com, ਜਾਂ ਤੁਸੀਂ ਕਮੈਂਟਸ ਵਿੱਚ ਵੀ ਮੈਨਸ਼ਨ ਕਰ ਸਕਦੇ ਹੋ। ਸੋ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਫਨਕਾਰ ਦੇ ਨਾਲ, ਉਦੋਂ ਤੱਕ ਲਈ ਨਰਜੀਤ ਸਿੰਘ ਵੱਲੋਂ ਰੱਬ ਰਾਖਾ।